ਹਾਂਜੀ, ਸਵਾਗਤ ਆ ਜੀ ਆਪ ਸਭ ਦਾ ਪੰਜਾਬੀ ਮਿਕਸ ਚੈਨਲ ਦੇ ਉੱਤੇ। ਲੈ ਕੇ ਹਾਜ਼ਰ ਅੱਜ ਦੀਆਂ ਨਵੀਆਂ ਤਾਜ਼ੀਆਂ ਅਪਡੇਟ। ਸ਼ੁਰੂ ਕਰਦੇ ਹਾਂ 8 ਤਰੀਕ ਦੀਆਂ ਕੁਝ ਖਾਸ ਅਪਡੇਟ। ਵੀਡੀਓ ਨੂੰ ਅੰਤ ਤੱਕ ਪੂਰੀ ਜ਼ਰੂਰ ਸੁਣਿਓ ਤਾਂ ਕਿ ਤੁਹਾਨੂੰ ਅੱਜ ਦੀਆਂ ਸਾਰੀਆਂ ਖਬਰਾਂ ਪਤਾ ਲੱਗ ਜਾਣ। ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ। ਅੱਜ ਦੀ ਪਹਿਲੀ ਖਬਰ ਆ ਰਹੀ ਹੈਗੀ ਹੈ ਜੀ ਰੋਮਾ ਨਾਪੋਲੀ ਤੋਂ। ਰੋਮਾ ਨਾਪੋਲੀ ਦੇ ਵਿੱਚ ਜਿਹੜੀਆਂ ਟ੍ਰੇਨ ਚੱਲਦੀ ਹੈ, ਹਾਈ ਸਪੀਡ ਟ੍ਰੇਨ ਚੱਲਦੀ ਹੈ ਰੋਮਾ ਤੋਂ ਨਾਪੋਲੀ। ਅੱਜ ਇੱਕ ਰਸਤੇ ਦੇ ਵਿੱਚ ਜਿਹੜਾ ਜ਼ਾਗਾਰੋਲੋ ਇਲਾਕਾ ਲੱਗਦਾ ਹੈ ਜੀ, ਇਸ ਇਲਾਕੇ ਦੇ ਵਿੱਚ ਅੱਗ ਲੱਗ ਗਈ। ਅਤੇ ਅੱਗ ਲੱਗਣ ਦੇ ਚੱਲਦਿਆਂ ਜਿਹੜੀਆਂ ਟ੍ਰੇਨਾਂ ਸੀਗੀਆਂ ਉਹ ਰੋਕ ਦਿੱਤੀਆਂ ਗਈਆਂ, ਜਿਹਨਾਂ ਚੱਲਦਿਆਂ ਟ੍ਰੇਨ 1 ਤੋਂ 1.5 ਘੰਟਾ ਜਿਹੜੀਆਂ ਲੇਟ ਹੋਈਆਂ, ਅਤੇ ਪੂਰਾ ਇਟਲੀ ਦੇ ਉੱਤੇ ਇਸ ਦਾ ਅਸਰ ਪਿਆ। ਇੱਕ ਦੇ ਪਿੱਛੇ ਇੱਕ ਕਈ ਟ੍ਰੇਨਾਂ ਫਿਰ ਲੇਟ ਹੋਈਆਂ, ਜਿਹਨਾਂ ਚੱਲਦਿਆਂ ਜਿਹੜੇ ਲੋਕ ਸੀਗੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋਏ ਆ ਇਸ ਮਾਮਲੇ ਦੇ ਵਿੱਚ। ਅਤੇ ਟ੍ਰੇਨਾਂ ਦੇ ਵਿੱਚ ਇਸ ਵਕਤ ਜਿਹੜੀ ਰੁਕਾਵਟ ਆ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀ ਪਹਿਲੇ ਦਿਨਾਂ ਦੇ ਵਿੱਚ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਯੂਕੇ ਤੋਂ। ਯੂਕੇ ਦੇ ਵਿੱਚ ਇਸ ਵਕਤ ਦੰਗੇ ਹੋ ਰਹੇ ਆ ਜੀ, ਥਾਂ ਥਾਂ 'ਤੇ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਲੋਕ ਸੜਕਾਂ 'ਤੇ ਉਤਰੇ ਹੋਏ ਆ। ਅਤੇ ਇੱਕ ਜਿਹੜੇ ਉੱਥੇ ਦੇ ਯੂਕੇ ਦੇ ਜਿਹੜੇ ਰਾਈਟ ਵਿੰਗ ਆ, ਸੱਜੇ ਪੱਖ ਵਾਲੇ ਆ ਜਿਹੜੇ, ਉਹ ਇਸ ਵਕਤ ਉੱਥੇ ਅੱਗਾਂ ਲਗਾ ਰਹੇ ਆ, ਦੰਗੇ ਕਰ ਰਹੇ ਆ ਵੀ ਸਾਡੇ ਜਿਹੜੇ ਬਾਹਰਲੇ ਬੰਦੇ ਆ ਰਹੇ ਆ ਯੂਕੇ ਦੇ ਵਿੱਚ, ਇਹਨਾਂ ਨੇ ਆ ਕੇ ਮਾਹੌਲ ਖਰਾਬ ਕਰ ਦਿੱਤਾ ਆ। ਅਤੇ ਹੁਣ ਉਹਨਾਂ ਦੇ ਹੀ ਹੱਕ ਦੇ ਵਿੱਚ ਜਿਹੜੇ ਲੈਫਟ ਵਾਲੇ ਬੰਦੇ ਆ ਉਹ ਵੀ ਸੜਕਾਂ 'ਤੇ ਉਤਰ ਆਏ ਆ, ਅਤੇ ਉਹ ਕਹਿ ਰਹੇ ਆ ਵੀ ਜਿੰਨੇ ਵੀ ਰਿਫਿਊਜੀ ਹੈਗੇ ਅਸੀਂ ਵੈਲਕਮ ਕਰਦੇ ਹਾਂ ਉਹਨਾਂ ਦਾ, ਸਾਡੀ ਕੰਟਰੀ ਵਾਸਤੇ ਖਤਰਾ ਨਹੀਂ ਗਾ, ਅਤੇ ਅਸੀਂ ਇਹਨਾਂ ਨੂੰ ਚਾਹੁੰਦੇ ਹਾਂ ਵੀ ਯੂਕੇ ਦੇ ਵਿੱਚ ਆਉਣ। ਅਤੇ ਜਿਹੜਾ ਇਹਨਾਂ ਦੇ ਨਾਲ ਭੇਦਭਾਵ ਹੋ ਰਿਹਾ ਆ ਯੂਕੇ ਦੇ ਬੰਦਿਆਂ ਦੇ ਵੱਲੋਂ, ਅਸੀਂ ਉਹਨਾਂ ਦੇ ਵਾਸਤੇ ਕਹਿ ਸਕਦੇ ਹਾਂ ਵੀ ਮਾਫੀ ਮੰਗਦੇ ਹਾਂ, ਅਤੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੇ ਨਾਲ ਭੇਦਭਾਵ ਕੀਤਾ ਜਾਵੇ। ਅਤੇ ਯੂਕੇ ਦੇ ਹੀ ਲੋਕ ਜਿਹੜੇ ਆ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਚੁੱਕੇ ਆ। ਇੱਕ ਹਿੱਸੇ ਦੇ ਵਿੱਚ ਜਿਹੜੇ ਲੋਕ ਆ ਜਿਹੜੇ ਕਿ ਰਾਈਟ ਵਿੰਗ ਦੇ ਬੰਦੇ ਆ, ਉਹ ਇਸ ਚੀਜ਼ ਨੂੰ ਕਾਫੀ ਜ਼ਿਆਦਾ ਮਾੜਾ ਕਹਿ ਰਹੇ, ਉਹ ਕਹਿ ਰਹੇ ਜਿਹੜੇ ਬਾਹਰਲੇ ਬੰਦੇ ਆਏ ਆ ਇਮੀਗ੍ਰੇਸ਼ਨ ਦੇ ਚੱਲਦਿਆਂ ਸਾਡੇ ਯੂਕੇ ਦਾ ਮਾਹੌਲ ਖਰਾਬ ਹੋਏ ਆ, ਅਤੇ ਇਹਨਾਂ ਨੂੰ ਇੱਥੋਂ ਜਿਹੜੇ ਵਾਪਸ ਭੇਜੇ ਜਾਣ ਬੰਦੇ। ਅਤੇ ਦੂਜੇ ਪਾਸੇ ਦੂਜੇ ਹੀ ਜਿਹੜੇ ਬੰਦੇ ਆ ਉਹ ਵੀ ਯੂਕੇ ਦੇ ਹੀ ਆ, ਯੂਕੇ ਦੇ ਰੈਜੀਡੈਂਟ ਆ, ਉਹ ਸੜਕਾਂ 'ਤੇ ਉਤਰ ਆਏ ਆ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਅਤੇ ਉਹ ਵੀ ਪ੍ਰੋਟੈਸਟ ਕਰ ਰਹੇ ਆ। ਅਤੇ ਉਹ ਲੋਕ ਕਹਿ ਰਹੇ ਆ ਵੀ ਇਮੀਗ੍ਰੇਸ਼ਨ ਸਾਡੇ ਵਾਸਤੇ ਕੋਈ ਨੁਕਸਾਨ ਨਹੀਂ ਕੀ ਦਿੰਦੀ, ਅਸੀਂ ਇਹਨਾਂ ਦੇ ਹੱਕ ਦੇ ਵਿੱਚ ਹਾਂ। ਅਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਰਾਈਟ ਵਾਲੇ ਬੰਦੇ ਅਸੀਂ ਇਹਨਾਂ ਰੋਕਣਗੇ, ਇਸ ਕਰਕੇ ਅਸੀਂ ਸੜਕਾਂ 'ਤੇ ਉਤਰੇ ਹਾਂ ਤਾਂ ਕਿ ਆਪਣੀ ਜਿਹੜੀ ਡੈਮੋਕ੍ਰੇਸੀ ਅਸੀਂ ਇਹਨੂੰ ਬਚਾ ਸਕੀਏ। ਹਾਲਾਂਕਿ ਹਲੇ ਵੀ ਕਈ ਇਲਾਕਿਆਂ ਦੇ ਵਿੱਚ ਪੁਲਿਸ ਲੱਗੀ ਹੋਈ ਹੈ ਅਤੇ ਉੱਥੇ ਨੁਕਸਾਨ ਅੱਜ ਵੀ ਹੋ ਰਿਹਾ ਆ, ਪਰ ਇਹ ਜਿਹੜੇ ਹਲੇ ਤੱਕ ਖਤਮ ਨਹੀਂ ਹੋਏ ਹੈਗੇ ਪੂਰੀ ਤਰੀਕੇ ਦੇ ਨਾਲ, ਅਤੇ ਹਲੇ ਪੁਲਿਸ ਦਾ ਅਲਰਟ ਤੇ ਆ। ਪੁਲਿਸ ਕਹਿ ਰਹੀ ਹੈ ਵੀ ਦੁਬਾਰਾ ਫਿਰ ਤੋਂ ਇਹ ਕੰਮ ਹੋ ਸਕਦੀਆਂ, ਘਟਨਾਵਾਂ ਫਿਰ ਤੋਂ ਵਾਪਰ ਸਕਦੀਆਂ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਜਪਾਨ ਤੋਂ। ਜਪਾਨ ਦੇ ਵਿੱਚ ਜਪਾਨ ਦਾ ਜਿਹੜਾ ਇੱਕ ਇਲਾਕਾ ਲੱਗਦਾ ਸਮੁੰਦਰੀ, ਕਾਫੀ ਜਪਾਨ ਦੇ ਕੋਲ ਹੈ, ਅਤੇ ਉਸ ਦੇ ਵਿੱਚ ਅੱਜ ਭੂਚਾਲ ਦਾ ਬਹੁਤ ਵੱਡਾ ਝਟਕਾ ਲੱਗਾ। 7.1 ਮੈਗਨੀਟਿਊਡ ਦਾ ਭੂਚਾਲ ਆਇਆ ਆ ਸਾਊਥ ਦੇ ਹਿੱਸੇ ਦੇ ਵਿੱਚ ਜਪਾਨ ਦੇ, ਅਤੇ ਉਸ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਆ ਵੀ ਸੁਨਾਮੀ ਆਉਣ ਦਾ ਖਤਰਾ ਵੱਧ ਗਿਆ ਇਸ ਭੂਚਾਲ ਤੋਂ ਬਾਅਦ। ਅਤੇ ਅੱਜ ਪੂਰਾ ਦਿਨ ਦੇ ਵਾਸਤੇ ਸੁਨਾਮੀ ਦਾ ਅਲਰਟ ਜਾਰੀ ਸੀਗਾ ਜਪਾਨ ਦੇ ਵਿੱਚ। ਉਹਨਾਂ ਨੇ ਕਿਹਾ ਵੀ ਸੁਨਾਮੀ ਜਿਹੜੀ ਹੈ, ਜਿਹੜੀ ਲਹਿਰਾਂ ਆ ਸਕਦੀਆਂ, 1 ਮੀਟਰ ਉੱਚੀਆਂ ਲਹਿਰਾਂ ਆ ਸਕਦੀਆਂ, ਅਤੇ ਜਿਹਨਾਂ ਚੱਲਦੇ ਆ ਵੀ ਕੋਈ ਵੀ ਬੰਦਾ ਸਮੁੰਦਰ ਦੇ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰੇ ਅੱਜ, ਅਤੇ ਨਾ ਹੀ ਜਿਹੜਾ ਕੋਸਟਲ ਇਲਾਕਾ ਆ ਉਸ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੇ। ਬਾਕੀ ਜਿਹੜਾ ਭੂਚਾਲ ਆ ਭੂਚਾਲ ਸ਼ਹਿਰਾਂ ਦੇ ਵਿੱਚ ਵੀ ਸੁਣਾਈ ਦਿੱਤਾ ਗਿਆ, ਅਤੇ ਬਹੁਤ ਹੀ ਜ਼ਿਆਦਾ ਜ਼ਬਰਦਸਤ ਝਟਕਾ ਲੱਗਾ ਆ। ਇੱਦਾਂ ਹੀ ਇੱਕ ਭੂਚਾਲ ਮਾਰਚ 2011 ਦੇ ਵਿੱਚ ਆਇਆ ਸੀਗਾ ਜਪਾਨ ਦੇ ਵਿੱਚ, ਅਤੇ ਉਹ ਭੂਚਾਲ ਬਹੁਤ ਹੀ ਜ਼ਿਆਦਾ ਵੱਡਾ ਸੀਗਾ, 9 ਮੈਗਨੀਟਿਊਡ ਦਾ ਭੂਚਾਲ ਸੀਗਾ ਉਹ, ਅਤੇ ਜਿਹਦੇ ਵਿੱਚ ਦੱਸਿਆ ਗਿਆ ਉਸ ਤੋਂ ਬਾਅਦ ਇੱਕ ਸੁਨਾਮੀ ਆਈ ਸੀ ਫਿਰ, ਅਤੇ ਉਸ ਸੁਨਾਮੀ ਦੇ ਚੱਲਦਿਆਂ ਤਕਰੀਬਨ 20,000 ਲੋਕਾਂ ਦੀ ਮੌਤ ਹੋ ਗਈ ਸੀਗੀ। ਐਡੀ ਵੱਡੀ ਲੈਵਲ ਦੇ ਉੱਤੇ ਤਬਾਹੀ ਹੋਈ ਸੀਗੀ ਉਸ ਟਾਈਮ। ਅਤੇ 1 ਜਨਵਰੀ ਜਿਹੜਾ ਇਸ ਸਾਲ ਲੰਘ ਕੇ ਹਟਿਆ ਉਸ ਦਿਨ ਵੀ ਭੂਚਾਲ ਆਇਆ 7.6 ਮੈਗਨੀਟਿਊਡ ਦਾ, ਪਰ ਉਸ ਟਾਈਮ ਦੱਸਿਆ ਗਿਆ ਜੀ ਵੀ ਇਹਦੇ ਵਿੱਚ ਜ਼ਿਆਦਾ ਨੁਕਸਾਨ ਨਹੀਂ ਹੋਇਆ ਜੇਕਰ ਤੁਸੀਂ 2011 ਦੇ ਨਾਲ ਕੰਪੇਅਰ ਕਰੀਏ। ਹਾਲਾਂਕਿ ਉਦੋਂ ਵੀ 200 ਬੰਦਿਆਂ ਦੀ ਮੌਤ ਹੋ ਚੁੱਕੀ ਸੀ ਜਪਾਨ ਦੇ ਵਿੱਚ। ਬਾਕੀ ਅੱਜ ਹੁਣ ਕਿਸੇ ਦੀ ਕੋਈ ਜਾਨ ਗਈ ਆ ਜਾਂ ਨਹੀਂ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਨਿਕਲ ਕੇ ਆਈ।
ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ, ਅਗਲੀ ਖਬਰ ਜਿਹੜੀ ਇੱਕ ਗਾਇਕਾ ਆ ਟੇਲਰ ਸਵਿਫਟ, ਇਹ ਪਹਿਲਾਂ ਇਟਲੀ ਵਿੱਚ ਵੀ ਆਪਣਾ ਟੂਰ ਲਾ ਕੇ ਗਈ ਹੈ ਅਤੇ ਹੁਣ ਇਹਨਾਂ ਨੇ ਆਸਟ੍ਰੇਲੀਆ ਵਿੱਚ ਜਾਣਾ ਸੀਗਾ ਵੀਐਨਾ ਇਲਾਕੇ 'ਚ। ਉਸ ਇਲਾਕੇ ਵਿੱਚ ਕੀ ਹੋਇਆ ਜੀ, ਇੱਕ ਕਾਰ ਮਿਲੀ ਹੈ ਅਤੇ ਉਹ ਕਾਰ ਦੇ ਵਿੱਚ ਪੂਰੇ ਬੰਬ ਭਰੇ ਹੋਏ ਸੀਗੇ, ਅਤੇ ਉਹ ਕਾਰ ਜਿਹੜਾ ਸੀਗਾ ਜਿਹੜਾ ਡਰਾਈਵਰ ਸੀਗਾ, ਦੱਸਿਆ ਜਾ ਰਿਹਾ ਜੀ ਵੀ ਉਹ ਡਰਾਈਵਰ ਦਾ ਇਹ ਮੰਨਣਾ ਸੀਗਾ ਵੀ ਜਿਸ ਟਾਈਮ ਇਹਨਾਂ ਦਾ ਕੀਤਾ ਜਾਵੇਗਾ ਲਾਈਵ ਸ਼ੋਅ ਹੋਵੇਗਾ, ਤਾਂ ਉਸ ਟਾਈਮ ਉਹ ਕਾਰ ਲੈ ਕੇ ਆਊਗਾ ਬੰਦਾ ਆਪਣੀ, ਕਾਰ ਦੇ ਵਿੱਚ ਬੰਬ ਭਰੇ ਹੋਣਗੇ ਅਤੇ ਉਹ ਗੱਡੀ ਜਿਹੜੀ ਆ ਜਿੰਨੀ ਵੀ ਭੀੜ ਹੈਗੀ ਆ ਉਹਨਾਂ ਦੇ ਉੱਤੇ ਚੜਾ ਦੇਣੀ ਹੈ ਅਤੇ ਮੁੜ ਕੇ ਗੱਡੀ ਫਟ ਜਾਣੀ ਆ, ਤਾਂ ਕਿ ਵੱਡੇ ਲੈਵਲ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਲੋਕਾਂ ਦੀ ਜਾਨ ਜਾਵੇਗੀ। ਪਰ ਇਸ ਚੀਜ਼ ਨੂੰ ਪਹਿਲਾਂ ਹੀ ਫੜ ਲਿਆ ਗਿਆ ਅਤੇ ਜਿੰਨੇ ਵੀ ਲਾਈਵ ਸ਼ੋਅ ਸੀਗੇ ਆਸਟ੍ਰੇਲੀਆ ਦੇ ਵਿੱਚ ਟੇਲਰ ਸਵਿਫਟ ਦੇ, ਉਹ ਸਾਰੇ ਕੈਂਸਲ ਕਰ ਦਿੱਤੇ ਗਏ ਆ, ਕਿਉਂਕਿ ਅੱਜ ਤੋਂ ਕੁਝ ਸਾਲ ਪਹਿਲਾਂ 2017 ਦੇ ਵਿੱਚ ਅਰੀਆਨਾ ਗ੍ਰਾਂਡੇ ਨਾਮ ਦੀ ਇੱਕ ਲੜਕੀ ਹੈ, ਉਹਦੇ ਲਾਈਵ ਸ਼ੋਅ ਦੇ ਉੱਤੇ ਇਸ ਤਰੀਕੇ ਦੇ ਨਾਲ ਇੱਕ ਹਾਦਸਾ ਵਾਪਰ ਗਿਆ ਸੀਗਾ, ਅਤੇ ਉਸ ਤੋਂ ਬਾਅਦ ਟੇਲਰ ਸਵਿਫਟ ਨੂੰ ਵੀ ਇਸ ਦਾ ਕਾਫੀ ਜ਼ਿਆਦਾ ਡਰ ਰਹਿੰਦਾ ਆ ਵੀ ਕਿਤੇ ਲਾਈਵ ਸ਼ੋਅ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਨਾ ਵਾਪਰ ਜਾਣ। ਫਿਲਹਾਲ ਇਹਨਾਂ ਦੀ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੇ ਉੱਤੇ ਟੈਰਰਿਸਟ ਅਟੈਕ ਹੋਣ ਦਾ ਖਤਰਾ ਬਣਿਆ ਹੋਇਆ ਸੀਗਾ, ਜਿਹਨਾਂ ਚੱਲਦਿਆਂ ਇਹਨਾਂ ਨੇ ਆਪਣੀਆਂ ਜਿਹੜੇ ਸ਼ੋਅ ਸੀ ਕੈਂਸਲ ਕਰ ਦਿੱਤੇ ਆ, ਅਤੇ ਜਿੰਨੀਆਂ ਵੀ ਲੋਕਾਂ ਨੇ ਟਿਕਟਾਂ ਲਈਆਂ ਸੀਗੀਆਂ ਸਾਰੀਆਂ 10 ਦਿਨਾਂ ਦੇ ਵਿੱਚ ਵਿੱਚ ਵਾਪਸ ਕਰ ਦਿੱਤੀਆਂ ਜਾਣਗੀਆਂ ਉਹਨਾਂ ਲੋਕਾਂ ਨੂੰ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਸਿਚੀਲੀਆ ਤੋਂ। ਸਿਚੀਲੀਆ ਦੇ ਵਿੱਚ ਅੱਜ ਮੌਸਮ ਬਹੁਤ ਖਰਾਬ ਰਿਹਾ ਹੈ ਇਸ ਇਲਾਕੇ ਦੇ ਵਿੱਚ, ਅਤੇ ਅੱਜ ਬਹੁਤ ਜ਼ਿਆਦਾ ਮੀਂਹ ਪਿਆ, ਇੱਥੇ ਬਹੁਤ ਜ਼ਿਆਦਾ ਗੜੇਮਾਰੀ ਹੋਈ ਆ। ਸਿਚੀਲੀਆ ਹੋ ਗਿਆ, ਕਤਾਨੀਆ ਹੋ ਗਿਆ, ਰਾਗੂਜ਼ਾ ਹੋ ਗਿਆ, ਇਹਨਾਂ ਇਲਾਕਿਆਂ ਦੇ ਵਿੱਚ ਅੱਜ ਮੌਸਮ ਕਾਫੀ ਜ਼ਿਆਦਾ ਖਰਾਬ ਰਿਹਾ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਇੱਕ ਬੋਨਸ ਨੂੰ ਲੈ ਕੇ। ਇਹ ਬੋਨਸ ਕਿਹਾ ਜਾਂਦਾ ਹੈ, ਇਸ ਨੂੰ ਅੰਤੀ ਕਾਲ ਤੋਂ ਵੀ ਕਿਹਾ ਜਾਂਦਾ ਆ, ਬੋਨਸ ਅੰਤੀ ਕਾਲ ਦੋ ਜਾਂ ਫਿਰ ਤੁਸੀਂ ਇਹਨੂੰ ਇੱਕੋ ਬੋਨਸ ਕਹਿ ਸਕਦੇ ਹਾਂ। ਇਹ ਇੱਕੋ ਬੋਨਸ ਜਿਹੜਾ ਆ ਬੇਸਿਕਲੀ ਇਹ 65% ਤੱਕ ਦਿੱਤਾ ਜਾਂਦਾ ਆ, ਅਤੇ ਇਹ ਇੱਕੋ ਬੋਨਸ ਉਹਨਾਂ ਵਾਸਤੇ ਆ ਜਿਹਨਾਂ ਲੋਕਾਂ ਨੇ ਆਪਣਾ ਸਿਸਟਮ ਚੇਂਜ ਕਰਾਉਣਾ ਹੋਵੇ ਰਿਸਕਾਲ ਦਾ ਮੇਨ ਤੋਂ ਦਾ। ਜੇਕਰ ਤੁਹਾਡੇ ਰਿਸਕਾਲ ਦਾ ਮੇਨ ਤੋਂ ਗੈਸ ਵਾਲੀ ਹੈ ਅਤੇ ਤੁਸੀਂ ਗੈਸ ਤੋਂ ਬਿਜਲੀ ਵਾਲੀ ਲਗਵਾਉਣੀ ਆ, ਅਤੇ ਤੁਸੀਂ ਇਹ ਇੱਕੋ ਬੋਨਸ ਲੈ ਸਕਦੇ ਹਾਂ। ਇਸ ਸਾਲ ਦੇ ਐਂਡ ਤੱਕ ਤੁਸੀਂ ਇੱਕੋ ਬੋਨਸ ਹੀ ਲੈ ਸਕਦੇ ਹਾਂ। ਇਸ ਤੋਂ ਇਲਾਵਾ ਤੁਸੀਂ ਜੇਕਰ ਆਪਣੇ ਏਸੀ ਖਰੀਦਣਾ ਆ, ਜਿਹੜੀ ਕੀਮਤ ਦਾ ਤੋਰੀ ਹੁੰਦੇ ਆ, ਏਸੀ ਖਰੀਦਣਾ ਤੁਸੀਂ, ਅਤੇ ਤੁਸੀਂ ਉਹ ਵੀ ਉਹਦੇ ਵਿੱਚ ਵੀ ਇਹ ਬੋਨਸ ਅਪਲਾਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਹੋਰ ਬੋਨਸ ਆਉਂਦਾ ਆ ਮੱਛਰਾਂ ਨੂੰ ਲੈ ਕੇ। ਜਿਹੜੇ ਲੋਕ ਪਿਆਨੂਰਾ ਪਦਾਨਾ ਦੇ ਵਿੱਚ ਰਹਿੰਦੇ ਆ, ਯਾਨੀ ਕਿ ਜਿੰਨਾ ਵੀ ਇਲਾਕਾ ਲੱਗਦਾ ਆ ਜਿਹੜਾ ਕਿ ਪੱਧਰਾ ਇਲਾਕਾ ਇਟਲੀ ਦਾ ਮੰਨਿਆ ਜਾਂਦਾ, ਨੌਰਥ ਇਲਾਕੇ ਦੇ ਵਿੱਚ ਜਿੰਨਾ ਵੀ ਪੱਧਰਾ ਇਲਾਕਾ ਆ, ਇਹਨਾਂ ਇਲਾਕਿਆਂ ਦੇ ਵਿੱਚ ਗਰਮੀਆਂ ਦੇ ਵਿੱਚ ਮੱਛਰ ਬਹੁਤ ਜ਼ਿਆਦਾ ਇੱਥੇ ਪਾਇਆ ਜਾਂਦਾ। ਤੁਸੀਂ ਸ਼ਾਮ ਦੇ ਵੇਲੇ ਆਪਣੀ ਖਿੜਕੀਆਂ ਖੋਲੋਗੇ ਤਾਂ ਤੁਹਾਨੂੰ ਮੱਛਰ ਅੰਦਰ ਸਾਰਾ ਆ ਜਾਣਾ, ਅਤੇ ਉਹਨਾਂ ਲੋਕਾਂ ਦੇ ਵਾਸਤੇ ਤੁਸੀਂ ਜੇਕਰ ਜਿਹੜੀਆਂ ਦੂਜੀਆਂ ਜੰਜਰੀ ਏਰੀ ਹੁੰਦੀਆਂ ਆ, ਜਾਲੀਆਂ ਹੁੰਦੀਆਂ, ਉਹ ਤੁਸੀਂ ਜੇਕਰ ਲਗਵਾਉਣੀਆਂ ਚਾਹੁੰਦੇ ਹਾਂ ਤਾਂ ਉਹਨਾਂ ਵਾਸਤੇ ਵੀ ਬੋਨਸ ਮਿਲਦਾ ਆ, ਉਹਨੂੰ ਬੋਨਸ ਦੰਦਜ਼ੀ ਏਰੇ ਕਹਿੰਦਾ ਆ। ਇਹ ਬੋਨਸ ਦੰਦਜ਼ੀ ਏਰੇ ਜਿਹੜੇ ਆ ਇਸ ਨੂੰ ਤੁਸੀਂ ਅਪਲਾਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਬੋਨਸ ਹੋਰ ਹੁੰਦਾ ਆ ਜਿਹੜੇ ਕਿ ਬਾਹਰ ਜਿਹੜੇ ਤੁਸੀਂ ਦੇਖੇ ਹੋਣੇ ਆ ਬਾਲਕੋਨੀ ਤੋਂ ਬਾਹਰ ਜਿਹੜੇ ਪਰਦੇ ਲਗਾਏ ਜਾਂਦੇ ਆ ਬਾਲਕੋਨੀ ਦੇ ਉੱਤੇ ਧੁੱਪ ਦੇ ਵਾਸਤੇ, ਅਤੇ ਉਹ ਵੀ ਬੋਨਸ ਜਿਹੜਾ ਆ ਮਿਲਦਾ ਆ। ਸੋ ਜੇਕਰ ਤੁਹਾਡਾ ਜਿਹੜਾ ਮੈਕਸੀਮਮ ਜਿਹੜਾ ਆ 60,000 ਤੱਕ ਤੋਂ ਥੱਲੇ ਦਾ ਸਪੇਸ ਆ ਹੋਵੇ, ਯਾਨੀ ਕਿ ਫੋਰ ਐਗਜ਼ਾਮਪਲ ਜੇ ਕਿਸੇ ਨੇ ਕੁਝ ਆਪਣਾ ਪੂਰਾ ਘਰ ਦੀ ਸੈਟਿੰਗ ਚੇਂਜ ਕਰਾਉਣੀ ਹੈ, ਸਾਰਾ ਕੁਝ ਬਦਲਾਉਣਾ ਹੈ, ਅਤੇ ਜੇ ਉਹਨੂੰ 50% ਤੱਕ ਦਾ ਫਾਇਦਾ ਹੋ ਸਕਦਾ ਜੇਕਰ 60,000 ਤੱਕ ਦਾ ਉਹਦਾ ਸਪੇਸ ਆ ਹੋਵੇ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਹੈ ਜੀ ਰੋਮਾ ਤੋਂ। ਰੋਮਾ ਦੇ ਵਿੱਚ ਅੱਜ ਇੱਕ ਰੇਡੀਓ ਟੈਕਸੀ ਜਿਹੜੀ ਹੁੰਦੀ ਆ ਇਹਨਾਂ ਨੂੰ ਜੁਰਮਾਨਾ ਕੀਤਾ ਗਿਆ। ਇਸ ਟੈਕਸੀ ਨੂੰ 1,40,000 ਦਾ ਜੁਰਮਾਨਾ ਹੋਇਆ। ਰੇਡੀਓ ਟੈਕਸੀ 3570 ਨਾਮ ਦੀ ਜਿਹੜੀ ਟੈਕਸੀ ਸੀਗੀ, 1,40,000 ਯੂਰੋ ਦਾ ਜੁਰਮਾਨਾ ਕੀਤਾ ਗਿਆ। ਜੁਰਮਾਨਾ ਕਿਉਂ ਕੀਤਾ ਗਿਆ? ਉਹ ਇਸ ਕਰਕੇ ਕੀਤਾ ਗਿਆ ਕਿਉਂਕਿ ਇਹਨਾਂ ਵੱਲੋਂ ਕੀ ਕੀਤਾ ਗਿਆ ਜੀ, ਇਹਨਾਂ ਨੇ ਕਿਹਾ ਵੀ ਜਿਹੜੇ ਤੁਹਾਨੂੰ ਜੇਕਰ ਕਿਤੇ ਹੋਰ ਪਾਸਿਓਂ ਤੁਹਾਨੂੰ ਟੈਕਸੀ ਵਾਲਿਆਂ ਹੋਰ ਪਾਸਿਓਂ ਕਿਤੋਂ ਕਾਲ ਆਉਂਦੀ ਹੈ ਕਿਸੇ ਹੋਰ ਪਲੇਟਫਾਰਮ, ਤੁਸੀਂ ਉਹ ਕਾਲ ਐਕਸੈਪਟ ਨਹੀਂ ਕਰਨੀ। ਜਿਹੜਾ ਆਪਣਾ ਪਲੇਟਫਾਰਮ ਹੈ ਉਹਦੇ ਉੱਤੇ ਕੋਈ ਕਾਲ ਆਵੇ ਤੁਸੀਂ ਉਹੀ ਚੱਕਣੀ ਆ, ਜਿਹਨਾਂ ਚੱਲਦਿਆਂ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀਗੀ ਇਸ ਚੀਜ਼ ਚੱਲਦਿਆਂ, ਅਤੇ ਇਹ ਦੂਜਿਆਂ ਨੂੰ ਰੋਕ ਰਿਹਾ ਸੀਗਾ ਹੋਰ ਟੈਕਸੀ ਵਾਲਿਆਂ ਨੂੰ। ਹੁਣ ਪੁਲਿਸ ਵੱਲੋਂ ਜਿਹੜੀ 1,40,000 ਯੂਰੋ ਦਾ ਜੁਰਮਾਨਾ ਕੀਤਾ ਗਿਆ ਇਸ ਰੇਡੀਓ ਟੈਕਸੀ 3570 ਨੂੰ। ਇਸ ਤੋਂ ਬਾਅਦ ਅਗਲੀ ਖਬਰ ਹੈਗੀ ਆ ਜੀ ਇੱਕ ਅਖਬਾਰ ਹੈ ਜਰਮਨੀ ਦੀ, ਅਤੇ ਉਸ ਅਖਬਾਰ ਵੱਲੋਂ ਇੱਕ ਆਰਟੀਕਲ ਛਾਪਿਆ ਗਿਆ ਇਟਲੀ ਦੇ ਉੱਤੇ
ਜਿਹਦੇ ਵਿੱਚ ਉਹ ਕਹਿ ਰਿਹਾ ਵੀ ਇਟਲੀ ਬਾਈ ਤੁਸੀਂ ਜੇਕਰ ਇੱਕ ਬੈੱਡ ਵੀ ਲੈਣਾ ਤਾਂ ਤੁਹਾਨੂੰ 500 ਯੂਰੋ ਪੇ ਕਰਨਾ ਪੈ ਰਿਹਾ ਹੈ, ਅਤੇ ਇਟਲੀ ਇਸ ਵਕਤ ਬਹੁਤ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ, ਅਤੇ ਟੂਰਿਸਟ ਵਾਸਤੇ ਇਟਲੀ ਇੱਕ ਚੰਗੀ ਪਲੇਸ ਨਹੀਂ ਹੈਗੀ ਘੁੰਮਣ ਵਾਲੀ। ਪਲੱਸ ਉਹਨਾਂ ਨੇ ਇਹ ਵੀ ਕਿਹਾ ਵੀ ਇਟਲੀ ਵਿੱਚ ਇਸ ਵਕਤ ਇੰਨਾ ਜ਼ਿਆਦਾ ਟੂਰਿਸਟ ਆਇਆ ਹੋਇਆ, ਬੰਦੇ 'ਤੇ ਬੰਦਾ ਚੜਿਆ ਜਾ ਰਿਹਾ, ਅਤੇ ਇਟਲੀ ਕੋਈ ਘੁੰਮਣ ਵਾਲੀ ਜਿਹੜੀ ਜਗ੍ਹਾ ਆ ਆਉਣ ਵਾਲੇ ਸਮੇਂ ਵਿੱਚ ਨਹੀਂ ਸਹੀ ਹੈਗੀ। ਅਤੇ ਉਹਦੇ ਵਿੱਚ ਹੋਰ ਵੀ ਕਈ ਗੱਲ ਲਿਖੀਆਂ ਉਹਨਾਂ ਨੇ, ਕਿਹਾ ਵੀ ਇਟਲੀ ਵਿੱਚ ਤੁਸੀਂ ਜੇਕਰ ਬੱਸ ਲੈਣੀ ਹੈ ਤਾਂ ਬੱਸ ਦੇ ਅੱਗੇ ਲਾਈਨਾਂ ਲੱਗੀਆਂ ਪਈਆਂ, 2-2 ਘੰਟੇ ਤੁਹਾਨੂੰ ਬੱਸ ਨਹੀਂ ਮਿਲਦੀ। ਜੇ ਤੁਸੀਂ ਟੈਕਸੀ ਲੈਣੀ ਹੈ, ਟੈਕਸੀ 'ਤੇ ਤੁਹਾਨੂੰ 5 ਮਿੰਟ ਦੇ 80 ਯੂਰੋ ਪੇ ਕਰਨੇ ਪੈਂਦੇ ਆ। ਹੁਣ ਇਹ ਉਹਨਾਂ ਦੀ ਗੱਲ ਵੀ ਸਹੀ ਹੈ, ਕਿਉਂਕਿ ਇਟਲੀ ਵਿੱਚ ਇਸ ਵਕਤ ਜਿਹੜੀ ਪ੍ਰੋਬਲਮ ਇਹ ਵੀ ਹੈ ਵੀ ਇਟਲੀ ਵਿੱਚ ਸਾਰਾ ਕੁਝ ਦੇਖਣ ਨੂੰ ਕਾਫੀ ਕੁਛ ਹੈਗਾ ਆ, ਇਸ ਚੀਜ਼ ਨੂੰ ਸਾਰੇ ਲੋਕ ਮੰਨਦੇ ਆ, ਪੂਰੇ ਯੂਰਪ ਪੂਰੀ ਵਰਲਡ ਇਸ ਨੂੰ ਮੰਨਦਾ ਆ। ਪਰ ਇਹਦੇ ਵਿੱਚ ਇਸ ਵਕਤ ਇੱਕ ਚੀਜ਼ ਜਿਹੜੀ ਹੈ ਇਟਲੀ ਵਿੱਚ ਜਿਹੜੀ ਆਊਟ ਆਫ ਕੰਟਰੋਲ ਜਾ ਰਹੀ ਹੈਗੀ, ਉਹ ਹੈਗੀ ਹੈ ਟੂਰਿਜ਼ਮ। ਟੂਰਿਜ਼ਮ ਇਸ ਵਕਤ ਕਾਫੀ ਜ਼ਿਆਦਾ ਜ਼ਿਆਦਾ ਲੋਕ ਆ ਰਹੇ ਆ, ਕਾਫੀ ਜ਼ਿਆਦਾ ਆਊਟ ਆਫ ਕੰਟਰੋਲ ਹੋ ਰਿਹਾ, ਅਤੇ ਇਹਦੇ ਉੱਤੇ ਇਨਵੈਸਟਮੈਂਟ ਨਹੀਂ ਹੋ ਰਹੀ ਹੈਗੀ ਗੌਰਮੈਂਟ ਦੇ ਵੱਲੋਂ। ਜੇਕਰ ਗੌਰਮੈਂਟ ਇਨਵੈਸਟਮੈਂਟ ਕਰੇ ਤਾਂ ਇਹਨਾਂ ਦੇ ਹੋਰ ਵੀ ਜ਼ਿਆਦਾ ਟੂਰਿਸਟ ਆ ਸਕਦੇ ਆ, ਪਰ ਟੂਰਿਸਟ ਨੂੰ ਜਗ੍ਹਾ ਨਹੀਂ ਮਿਲਦੀ ਇੱਥੇ ਆ ਕੇ ਰਹਿਣ ਨੂੰ, ਇਹਦਾ ਮਤਲਬ ਕਿ ਗੌਰਮੈਂਟ ਇਨਵੈਸਟਮੈਂਟ ਨਹੀਂ ਕਰ ਰਹੀ ਚੰਗੀ ਤਰੀਕੇ ਦੇ ਨਾਲ। ਅਤੇ ਇੱਕ ਜਿਹੜੀ ਰਿਪੋਰਟ ਦਰਜ ਕਰਾਈ ਗਈ ਉਹਦੇ ਵਿੱਚ ਦੱਸਿਆ ਗਿਆ ਵੀ ਇਟਲੀ ਵਿੱਚ ਜਿਹੜਾ ਵੀ ਬੰਦਾ ਘੁੰਮਣ ਫਿਰਨ ਇੱਥੇ ਆਉਂਦਾ ਆ, ਆਉਂਦਾ ਤਾਂ ਬੜੇ ਚਾਅ ਦੇ ਨਾਲ ਆ, ਪਰ ਜਾਂਦਾ ਇੱਥੋਂ ਉਦਾਸ ਹੋ ਕੇ ਆ। ਪਲੱਸ ਉਹਨਾਂ ਨੇ ਵੀ ਕਿਹਾ ਵੀ ਇਟਲੀ ਵਿੱਚ ਤੁਸੀਂ ਜੇਕਰ ਮੂਵਮੈਂਟ ਕਰਨੀ ਹੈ ਕਿਸੇ ਦੂਜੀ ਜਗ੍ਹਾ ਜਾਣਾ ਆ, ਤਾਂ ਟਰਾਂਸਪੋਰਟ ਦਾ ਵੀ ਕਾਫੀ ਜ਼ਿਆਦਾ ਪ੍ਰੋਬਲਮ ਇੱਥੇ ਆਉਂਦੀ ਹੈ ਲੋਕਾਂ ਨੂੰ। ਅਤੇ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ, ਜਰਮਨੀ ਵਾਲਿਆਂ ਨੇ ਵੀ ਉਹਨਾਂ ਨੇ ਕਿਹਾ ਵੀ ਇਟਲੀ ਐਸੀ ਕੰਟਰੀ ਹੈ ਜਿਹੜੀ ਕਿ ਟਾਈਮ ਦੇ ਨਾਲ ਆਪਣੇ ਆਪ ਨੂੰ ਚੇਂਜ ਨਹੀਂ ਕਰ ਪਾਈ, ਟਾਈਮ ਦੇ ਨਾਲ ਆਪਣੇ ਆਪ ਨੂੰ ਉਹਨਾਂ ਨੇ ਅਪਗ੍ਰੇਡ ਨਹੀਂ ਕੀਤਾ, ਅਤੇ ਇਟਲੀ ਹਲੇ ਵੀ ਜਿਹੜਾ ਆ ਪਿੱਛੇ ਆ। ਅਤੇ ਬਾਕੀ ਲਾਸਟ ਦੇ ਵਿੱਚ ਜਿਹੜੀ ਓਲੰਪਿਕ ਹੋ ਰਹੀ ਹੈ ਜੀ, ਉਹਨਾਂ ਵਿੱਚ ਇਟਲੀ ਬੰਤੀ ਅਤੇ ਤੀਤਾ ਨੂੰ ਜਿਹੜੇ ਆ 2 ਜਣਿਆਂ ਨੂੰ ਔਰੋ ਮਿਲਿਆ ਆ, ਗੋਲਡ ਮੈਡਲ ਜਿੱਤਿਆ ਇਹਨਾਂ ਨੇ, ਅਤੇ ਪਲੱਸ ਇੱਕ ਬਰੋਂਜ਼ ਮੈਡਲ ਜਿੱਤਿਆ ਸਵੀਮਿੰਗ ਦੇ ਵਿੱਚ। ਇਹ ਅੱਜ ਦੀਆਂ ਕੁਝ ਖਬਰਾਂ, ਮਿਲਦੀਆਂ ਤੁਹਾਨੂੰ ਹੁਣ ਕੱਲ੍ਹ ਦੀਆਂ ਖਬਰਾਂ ਨਾਲ। ਆਪਣੇ ਆਪਣੇ ਪਰਿਵਾਰ ਦਾ ਖਿਆਲ ਰੱਖਿਓ, ਤੁਹਾਡੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।